ਸਿਆਣਾ ਨੀ ਮੁੰਡਾ ਕੌਣ ਸੀਗਾ ਜਿਹਨੇ ਗਲ ਵਿੱਚ ਕੈਂਠਾ ਪਾਇਆ ਸੀ ਉਹੀ ਸੀ ਨਾ ਉਹੀ ਸੀ ਨਾ ਭੂਸਲੇ ਜੇ ਰੰਗ ਦਾ ਨਹੀਂ ਸੱਚ ਨਹੀਂ 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 ਲੰਮਾ ਜਾ ਤੇ ਮਦਰ ਰਾਜਾ ਨਹੀਂ 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 ਉਹ ਵੀ ਨਹੀਂ ਛੋਟੇ ਸਾਰੇ ਭੈਣ ਭਰਾ ਇੰਨੇ ਗੋਰੇ ਯਾਰ ਤੇ ਤੂੰ ਕਾਲਾ ਕਿਉਂ ਹੋ ਗਿਆ ਪਹਿਲਾਂ ਬਾਈ ਜੀ ਤੁਹਾਨੂੰ ਪਤਾ ਹੈ ਮੈਂ ਰਮਲਾ ਸਾਹਿਬ ਹੋਰਿਆਂ ਨਾਲ ਹਰਿੰਦਰ ਸੰਧੂ ਵਰਗੇ ਨਾਲ ਮੋਹਦੀਪ ਮਾਨ ਵਰਗੇ ਨਾਲ ਮੈਂ ਬਾਹਰ ਆਉਂਦਾ ਜਾਂਦਾ ਰਹਿੰਦਾ ਤੇ ਮੈਨੂੰ ਸਿਆਣੇ ਲੋਕਾਂ ਨੇ ਦੱਸਿਆ ਸੀ ਮੇਰੇ ਬੜੇ ਸਤਿਕਾਰਯੋਗ ਸਾਰੇ ਮੇਰੇ ਸਤਿਕਾਰਯੋਗ ਨੇ ਬਹੁਤ ਸਾਰਾ ਮਾਣ ਕਰਕੇ ਨੇ ਅਸੀਂ ਕੋਟ ਕੋਟ ਰਹਿੰਦੇ ਹਾਂ ਤੁਹਾਡੇ ਸਾਰਿਆਂ ਦੇ ਇਹ ਸਾਡੀ ਕੋਆਪਰੇਟਿਵ ਸੁਸਾਇਟੀ ਜਿਹਨਾਂ ਤੋਂ ਆਪਾਂ ਰੇਹ ਲੈਣੇ ਨੇ ਬਾਈ ਬਣ ਕੇ ਦੋ ਗੋਰੀਆਂ ਦੇ ਇਹ ਉਹ ਸੁਸਾਇਟੀ ਹੈ ਸਾਰੀ ਔਰ ਮੇਰਾ ਬਹੁਤ ਸਾਰਾ ਮਾਣ ਕਰਕੇ ਨੇ ਮੈਂ ਖੁਦ ਗੁਰਲੀਨੀ ਇਹਨਾਂ ਦਾ ਸਾਰਿਆਂ ਦੇ ਹਾਂ ਗੱਲ ਕਰਦੇ ਸੀਗੇ ਗੱਲ ਕਰਦੇ ਸੀ ਮੈਂ ਇਹਨੂੰ ਪੁੱਛਿਆ ਵੀ ਜਹਾਜ਼ ਤੇ ਚੜ੍ਹ ਕਹਿੰਦਾ ਜੀ ਮੈਨੂੰ ਦੱਸਿਆ ਸੀ ਵੀ ਜੇ ਜਹਾਜ਼ ਨੂੰ ਕੋਈ ਹਰਜ ਮਰਜ ਹੋ ਜੇ ਤੇ ਫਿਰ ਜਿੱਧਰ ਦੀ ਸੂਤ ਲੱਗੇ ਉੱਧਰ ਦੀ ਛਾਲ ਮਾਰ ਜਾਈਦੀ ਹੁੰਦੀ ਹੈ ਪਿੱਛੇ ਜਿਹਾ ਤਾਂ ਮੈਂ ਜਾਣ ਲੱਗਿਆ ਤੇ ਜਹਾਜ਼ ਤਾਂ ਅਜੇ ਚੜ੍ਹੇ ਨਹੀਂ ਸੀ ਜੀ ਉਹਨੂੰ ਪਹਿਲਾਂ ਹੀ ਅੱਗ ਲੱਗੀ ਤੇ ਫਿਰ ਲੋਕ ਤਾਂ ਬਾਰੀਆਂ 'ਚ ਨਮਕ ਗਏ ਤੇ ਮੈਨੂੰ ਕਿਸੇ ਪਾਸੇ ਦੀ ਥਾਂ ਨਹੀਂ ਮਿਲਿਆ ਮੈਂ ਸਲੈਂਸਰ ਥਾਂ ਹੀ ਨਿਕਲ ਗਿਆ ਸੇਕ ਵਾਲਾ ਲੱਗ ਗਿਆ ਗੁਰਮੀਤ ਕੁੜੇ ਮੇਰਾ ਸੋਹਣਾ ਯਾਰ ਲੰਗੋਟੀ ਦਾ ਮਾਰ ਲੈਣੀ ਪੈਣਾ ਪੈਣਾ ਛੱਤਰੀ ਤੇ
ਦੇ ਅੱਗੇ ਖੜੀ ਜਿੱਤੇ ਮਰਜ਼ੀ ਉਡਾਰੀ ਹੱਥ ਮਾਰ ਲੈਣੀ ਪੈਣਾ ਪੈਣਾ ਛੱਤਰੀ ਤੇ ਜਿੱਤੇ ਮਰਜ਼ੀ ਉਡਾਰੀ ਹੱਥ ਮਾਰ ਲੈਣੀ ਪੈਣਾ ਤੂੰ ਛੱਤਰੀ ਤੇ ਬਹੁਤ ਮੇਲਿਆਂ ਤੇ ਸ਼ਰਾਰਤਾਂ ਹੋ ਜਾਂਦੀਆਂ, ਤੁਸੀਂ ਤਾਂ ਬੜੇ ਸਤਿਕਾਰਯੋਗ ਹੋ। ਹੋਰ ਨੀ ਗੱਲ ਕੋਈ, ਜੇ ਤੁਸੀਂ ਵੱਧ ਚਿਰ ਬੈਠੇ ਰਹੋਗੇ ਤੁਹਾਨੂੰ ਹੋਰ ਦੋ ਗੀਤ ਸੁਣਾ ਦੇ। ਯਾਦ ਨੇ ਪ੍ਰੀਤ ਚੱਟੀ, ਬਹੁਤ ਹੀ ਸਤਿਕਾਰਯੋਗ ਨੇ ਸਾਡੇ। ਬਜ਼ੁਰਗਾਂ ਤੋਂ ਸੁਣਿਆ ਕਿ ਜੇ ਮਾਲ ਚ ਬੱਕਰੀ ਹੋਵੇ ਨਾ ਤੇ ਫਿਰ ਮਾਲ ਨੂੰ ਬਿਮਾਰੀ ਨਹੀਂ ਲੱਗਦੀ। ਇਸੇ ਤਰ੍ਹਾਂ ਹੀ ਪਿੰਡ ਚ ਛੜਾ ਹੋਣਾ ਲਾਜ਼ਮੀ ਚਾਹੀਦਾ। ਵੋਟਾਂ ਦੇ ਦਿਨ ਛੜਾ ਬਹੁਤ ਬਿਜ਼ੀ ਹੁੰਦਾ, ਕਿਉਂ ਉਹਨੂੰ ਪਤਾ ਹੁੰਦਾ ਕਿਹਦੀਆਂ ਕਿੰਨੀਆਂ ਵੋਟਾਂ ਨੇ, ਕਿਹੜੀਆਂ ਕਿੱਧਰ ਪੈਣੀਆਂ ਨੇ, ਕੌਣ ਕਿਹਨੂੰ ਵੋਟ ਪਾਊਗਾ, ਕਿਹਦੀ ਕਿਹਦੇ ਨਾਲ ਗੁਰਦੀ ਸਾਂਝੀ ਹੈ। ਇਹ ਛੜਿਆਂ ਦੇ ਰਜਿਸਟਰ ਚ ਨੋਟ ਹੁੰਦੀ ਹੈ ਸਾਰੀ ਗੱਲ। ਜਿਹੜੀਆਂ ਸਾਡੇ ਟੈਂਪੂ ਆਉਂਦੇ ਨੇ, ਆ ਪਿੰਡਾਂ ਨੂੰ ਬੱਸਾਂ ਆਉਂਦੀਆਂ, ਉਹਨਾਂ ਦਾ ਟਾਈਮ ਮਾਲਕਾਂ ਨੂੰ ਨਹੀਂ ਪਤਾ ਹੁੰਦਾ। ਉਹਨਾਂ ਕੋਲੇ ਰਜਿਸਟਰ 'ਚ ਨੋਟ ਹੁੰਦਾ ਕਿਹੜੇ ਅੱਡੇ 'ਤੇ ਕਦੋਂ ਕਿੱਥੇ ਕਿੰਨੇ ਵਜੇ ਕੌਣ ਚੜ੍ਹਦਾ ਕਿੱਥੇ ਖੜ੍ਹਦਾ, ਇਹ ਸਾਰਾ ਕੁਛ ਛੜੇ ਦੇ ਰਜਿਸਟਰ 'ਚ ਨੋਟ ਹੁੰਦਾ। ਗੀਤ ਸੁਣਾਉਣ ਲੱਗੇ ਤੁਹਾਨੂੰ ਛੜੇ ਜੇਠ ਦਾ, ਵਿਚਾਰਾ ਛੜਾ ਰਹਿ ਜਾਂਦਾ ਤੇ ਜਦੋਂ ਲੋਕ ਕਹਿੰਦੇ ਨੇ ਕਿ ਤੇਰਾ ਛੋਟਾ ਭਰਾ ਉੱਧਰ ਗਿਆ, ਉਹਨੇ ਤਾਂ ਉੱਧਰ ਬਾਹਰ ਗ੍ਰੀਨ ਕਾਰਡ ਬਣਾ ਲੈਣਾ ਤੇ ਤੇਰਾ ਤਾਂ ਇੱਥੋਂ ਵਾਲਾ ਪੀਲਾ ਵੀ ਪਾੜ ਜਾਣਾ, ਤੈਨੂੰ ਤਾਂ ਕਿਸੇ ਨੇ ਨਹੀਂ ਸਾਨਣਾ। ਫਿਰ ਬੰਦੇ ਦੇ ਦਿਮਾਗ 'ਚ ਖੌਲ ਉੱਠਦਾ ਵੀ ਯਾਰ ਸੱਚੀ ਕਿਤੇ ਇਹ ਨਾ ਹੋਵੇ, ਨਰਕ ਹੰਡਾਉਂਦੇ ਰਹਿ ਜਾਈਏ। ਫਿਰ ਬੰਦਾ ਟੇਢਾ ਚੱਲਣ ਲੱਗ ਜਾਂਦਾ ਘਰੇ, ਲੋਕ ਸਿਖਾਉਣ ਲੱਗ ਜਾਂਦੇ ਨੇ ਮੰਦਰ ਅੱਗੇ ਵੀ ਐਂ ਕਰਕੇ ਕਦਰ ਹੁੰਦੀ ਹੈ, ਲੇਟ ਜਾਈਏ ਫਿਰ ਕਦਰ ਹੁੰਦੀ ਹੈ। ਟੋਕਰਿਆਂ ਵਾਲਾ ਪੱਠਾ, ਪੱਠਿਆਂ ਵਾਲਾ ਟੋਕਰਾ, ਉਹਨੂੰ ਠੁੱਡਾ ਮਾਰੋ ਖੁਰਲੀ ਦੇ ਉੱਤੋਂ ਦੀ, ਕੱਚ ਦਾ ਗਲਾਸ ਪਿਆ ਹੋਵੇ ਉਹਨੂੰ ਠੁੱਡਾ ਮਾਰੋ, ਫਿਰ ਬੜੀਆਂ ਪੁੱਛਦੀਆਂ ਨੇ ਭਾਈ ਜੀ ਗਰਮਾਂ 'ਚ। ਫਿਰ ਇਹੋ ਜਿਹੀਆਂ ਗੱਲਾਂ ਕਰਦਾ ਜਦੋਂ ਫਿਰ ਗੜਬੜ ਹੁੰਦੀ ਹੈ ਘਰੇ। ਫਿਰ ਛੋਟੀ ਭਰਜਾਈ ਬਹੁਤ ਸਿਆਣੀ ਹੈ, ਪੜ੍ਹੀ ਲਿਖੀ ਹੈ, ਉਹਨੂੰ ਬੁਲਾਉਂਦੀ ਹੈ ਕਹਿੰਦੀ ਗੱਲ ਸੁਣੋ ਭਾਈ ਜੀ, ਤਿੰਨ ਚਾਰ ਦਿਨ ਹੋ ਗਏ ਬੜੀ ਧੁੰਦ ਪੈਂਦੀ ਹੈ, ਮੌਸਮ ਚੇਂਜ ਹੋਇਆ ਪਿਆ, ਤੁਹਾਡਾ ਸੁਭਾਅ ਵੀ ਬੜਾ ਚੇਂਜ ਹੋਇਆ ਪਿਆ, ਬੱਚਿਆਂ ਨੂੰ ਬੜੀਆਂ ਕਸੂਤੀਆਂ ਕਸੂਤੀਆਂ ਗਾਲਾਂ ਕੱਢਦੇ ਹੋ, ਇਹ ਚਾਹੀਦਾ ਨਹੀਂ, ਉੱਥੋਂ ਹੀ ਤੁਰ ਜਾਂਦਾ ਬਾਹਰ ਨੂੰ। ਮੇਰਾ ਬਾਜਰਾ ਬੱਕਰੀ
ਮੈਂ ਸੋਚਦਾ ਇਹਨਾਂ ਨੂੰ ਅਕਲ ਆ ਜੂਗੀ ਪਰ ਨਹੀਂ ਆਉਂਦੀ। ਤੂੰ ਰਹਿੰਦੀ ਰੋਜ਼ ਸਤਾਉਂਦੀ ਨੀ ਪਰ ਪੱਲੇ ਕੁਝ ਨਾ ਪਾਉਂਦੀ ਨੀ। ਤੂੰ ਰਹਿੰਦੀ ਰੋਜ਼ ਸਤਾਉਂਦੀ ਨੀ ਪਰ ਪੱਲੇ ਕੁਝ ਨਾ ਪਾਉਂਦੀ ਨੀ। ਸੱਤ ਵਿਚਾਰੇ ਛਾਮੀ ਨੀ ਜੋ ਸੱਤ ਵਿਚਾਰੇ ਛਾਮੀ ਨੀ ਜੋ ਬੰਦੇ ਆ ਕੇ ਖੜਦੇ ਨੀ। ਉਹਦਾ ਕੀ ਕਹਿੰਦੇ ਆ ਕੀ ਕਹਿੰਦੇ ਆ ਪੀਪਾ ਖੜਕਾਉਂਦਾ ਮਰਜੇ ਕਮਨ ਪਿੰਡ ਦੇ ਝੇਡਾਂ ਕਰਦੇ ਨੇ। ਪੀਪਾ ਖੜਕਾਉਂਦਾ ਮਰਜੇ ਕਮਨ ਪਿੰਡ ਦੇ ਝੇਡਾਂ ਕਰਦੇ ਨੇ। ਮੇਰੇ ਸਤਿਕਾਰਯੋਗ ਮਾਨ ਸਾਹਿਬ ਬੈਠੇ ਨੇ ਔਰ ਭਾਈ ਗੁਰਲਾਲ ਸਿੰਘ ਜੀ
ਬਹੁਤ ਸਾਰਾ ਮਾਣ ਕਰਕੇ ਗਏ ਨੇ, ਸੰਗਤ ਸਾਹਿਬ ਬਹੁਤ ਹੀ ਬਹੁਤ ਸਾਰਾ ਮਾਣ ਕਰਕੇ ਨੇ, ਅਸੀਂ ਕੋਟ ਕੋਟ ਦਿੰਦੀ ਹਾਂ ਤੁਹਾਡੇ। ਮਨ ਸਾਹਿਬ ਕਿਸੇ ਸ਼ਾਇਰ ਨੇ ਲਿਖਿਆ, ਬੜਾ ਖੂਬ ਲਿਖਿਆ ਕਿ ਦਿਲ ਪੱਥਰ ਜਨਾਨੀ ਮੋਮ ਕਰ ਲੈਂਦੀ ਹੈ ਜਦੋਂ ਬੰਦੇ ਦੀ ਛਾਤੀ 'ਚ ਸਿਰ ਧਰ ਲੈਂਦੀ ਹੈ। ਬੰਦਾ ਸਖਤੀ 'ਚ ਹੈ ਫਿਰ ਬਦਲਦਾ ਕਿਵੇਂ, ਕਹਿੰਦਾ ਤੂੰ ਚਾਹੁੰਦੀ ਤੇਰੇ ਵਸ ਵਿੱਚ ਸੀ ਤੂੰ ਕਿਹੜੋ ਪੀਰ ਬਣਾ ਦਿੰਦੀ, ਤੂੰ ਚਾਹੁੰਦੀ ਤੇਰੇ ਵਸ ਵਿੱਚ ਸੀ ਤੂੰ ਕਿਹੜੋ ਪੀਰ ਬਣਾ ਦਿੰਦੀ, ਸਾਡਾ ਵੀ ਜਿਉਣਾ ਸਫਲ ਹੁੰਦਾ ਜੇ ਜਗ ਵਿੱਚ ਪੀਰ ਸਵਾ ਹੁੰਦੀ, ਸਾਡਾ ਵੀ ਜਿਉਣਾ ਸਫਲ ਹੁੰਦਾ ਜੇ ਜਗ ਵਿੱਚ ਪੀਰ ਸਵਾ ਹੁੰਦੀ। ਮੂੰਹ ਛੋਟਾ ਕਲ ਵੱਡੀ ਏ, ਮੂੰਹ ਛੋਟਾ ਕਲ ਵੱਡੀ ਏ, ਆਖਿਆ ਨਾ ਤੈਨੂੰ ਕਰਦੇ ਪਾਗੜ ਗਾਉਂਦਾ ਮਰਜੇ ਕਾ ਮੈਨੂੰ ਪਿੰਡਦੇ ਖੇਡਾ ਕਰਦੇ ਨੇ, ਪਾਗੜ ਗਾਉਂਦਾ ਮਰਜੇ ਕਾ ਮੈਨੂੰ ਪਿੰਡਦੇ ਖੇਡਾ ਕਰਦੇ ਨੇ, ਜਾਣਾ ਕਿਸੇ ਨੇ ਨੀ ਜਿੰਨਾ ਚਿਰ ਬੈਠੇ ਨੇ ਇਵੇਂ ਪਿਆਰ ਤੁਹਾਡਾ ਮਿਲ ਜਾ ਤੁਹਾਡੇ ਰੂਮ ਰੂਮ ਛੋਟੀ ਜਿਹੀ ਰਸਮ ਕਰ ਲਈਏ, ਬਾਕੀ ਸਟੇਜ ਕਰ ਦਿਓ ਖਾਲੀ ਤੇ ਮੈਂ ਗੁਜ਼ਾਰਿਸ਼ ਕਰੂੰਗਾ ਸਰਦਾਰ ਸ਼ੇਰ ਸਰਦਾਰ ਗੁਰਲਾਲ ਸਿੰਘ ਜੀ ਸੰਘਾ ਸਾਹਿਬ ਜੀ ਨੇ ਬਹੁਤ ਸਾਰਾ ਪਿਆਰ ਬਹੁਤ ਜਲਦੀ ਆ ਜਾਓ, ਸਮਾਂ ਘੱਟ ਹੈਗਾ ਅੱਜ ਸੁਣਨਾ। ਜਸਵਿੰਦਰ ਸਿੰਘ ਜੀ ਫਰੀਦਕੋਟ ਮੰਚ ਤੇ ਆ ਜਾਣ, ਆਪਣਾ ਸਨਮਾਨ ਚ ਲੈ ਜਾਣ। ਨਿਹਾਲ ਸਿੰਘ ਜੀ ਧੂੜਕੋਟ ਉਹ ਵੀ ਆਪਣਾ ਸਨਮਾਨ ਚ ਲੈ ਜਾਣ। ਲਓ ਜੀ ਬਾਬਿਓ ਜੀ ਸਰਦਾਰ ਸ਼ੇਰ ਸਿੰਘ ਜੀ ਮੰਡ ਸਾਹਿਬ, ਉਹਨਾਂ ਦੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੀ ਸਰਪੰਚ ਸਾਹਿਬ ਚੂਚਕ ਤੋਂ ਤੇ ਨਾਲ ਸੁਰਜੈਨ ਸਿੰਘ ਜੀ ਸਾਬਕਾ ਸਰਪੰਚ ਪਿੰਡ ਟੋਡੀ, ਜੋ ਬੜੇ ਸੱਜੇ ਢੰਗ ਨਾਲ ਅੱਜ ਦੇ ਪੰਚਾਂ ਸਰਪੰਚਾਂ ਨੂੰ ਸਨਮਾਨ ਕਰ ਰਹੇ ਨੇ, ਨਾਲ ਨਿਰਮਲ ਸਿੰਘ ਜੀ ਸਿੰਘ ਸਾਹਿਬ ਐਮਸੀ ਸਾਹਿਬ, ਇਹਨਾਂ ਦੇ ਵਿਦਿਆ ਤੋਂ ਧੰਨਵਾਦ ਕਰਦੇ ਮੋਹ ਦੀ ਮਾਨ ਬਾਈ ਜੀ ਹਾਂ। ਜੋਰਾ ਸਿੰਘ ਜੀ ਧਾਰੀਵਾਲ ਸਾਹਿਬ ਉਹ ਵੀ ਆਪਣਾ ਸਨਮਾਨ ਚਿੰਨ ਲੈ ਜਾਣ। ਜੋਰਾ ਸਿੰਘ ਜੀ ਧਾਰੀਵਾਲ ਸਾਹਿਬ ਜੋਰਾ ਸਿੰਘ ਜੀ ਧਾਰੀਵਾਲ ਸਾਹਿਬ ਜਲਦੀ ਆ ਜਾ ਕਰੋ ਸਮਾਂ ਮਾਸਟਰ ਸਰਦਾਰ ਬਲਜੀਤ ਸਿੰਘ ਜੀ ਜਲਦੀ ਆ ਜਾਣ ਮੰਚ ਤੇ ਆਪਣਾ ਸਨਮਾਨ ਚਿੰਨ ਲੈ ਜਾਣ। ਮਾਸਟਰ ਸਰਦਾਰ ਬਲਜੀਤ ਸਿੰਘ ਜੀ ਆਪਣਾ ਸਨਮਾਨ ਚਿੰਨ ਲੈ ਜਾਣ, ਮਿਹਰਬਾਨੀ ਹੋਵੇਗੀ। ਸਰਦਾਰ ਜਸਕਰਨ ਸਿੰਘ ਜੀ ਸੇਖੋ ਸਾਹਿਬ ਚੌਕ ਇੰਚਾਰਜ ਕਲੇਰ, ਸਰਦਾਰ ਜਸਕਰਨ ਸਿੰਘ ਜੀ ਚੌਕ ਇੰਚਾਰਜ ਕਲੇਰ ਉਹ ਵੀ ਆਪਣਾ ਸਨਮਾਨ ਚ ਲੈ ਜਾਣ। ਹੋਰ ਹਰ ਸੁਪੁੱਤਰ ਅੱਛਾ ਜੀ ਠੀਕ ਹੈ ਜੀ, ਤੋ ਇਹਨਾਂ ਨੂੰ ਸਮਾਂ ਬੱਚੇ ਨੂੰ ਸਮਾਪਤ ਕਰ ਰਹੇ ਨੇ, ਸੋ ਸਰਦਾਰ ਸ਼ੇਰ ਸਿੰਘ ਜੀ ਮੰਡ ਸਾਹਿਬ ਨਾਲ ਸੁਖਮੰਦਰ ਸਿੰਘ ਜੀ ਸਰਪੰਚ ਸਾਹਿਬ ਪਿੰਡ ਸ਼ੂਚਕ ਤੋਂ, ਨਿਰਮਲ ਸਿੰਘ ਜੀ ਸਿੰਘਾ ਸਾਹਿਬ, ਸੁਖਦੇਵ ਸਿੰਘ ਜੀ ਸੁਰਚੈਨ ਸਿੰਘ ਜੀ ਸਾਬਕਾ ਸਰਪੰਚ ਆ ਜਾਓ ਸਰ ਅੱਗੇ। ਸਤਨਾਮ ਸਿੰਘ ਜੀ ਫਰੀਦਕੋਟ ਚੌਕੀ ਇੰਚਾਰਜ ਕਲੀਅਰ, ਕਿਆ ਬਾਤ ਹੈ ਜੀ, ਮਿਹਰਬਾਨੀ ਸ਼ੁਕਰੀਆ। ਸਰਦਾਰ ਜਸਕਰਨ ਸਿੰਘ ਜੀ, ਬਲਜੀਤ ਸਿੰਘ ਜੀ, ਸਰਦਾਰ ਬਲਜੀਤ ਸਿੰਘ ਜੀ ਉਹ ਆਪਣਾ ਸਨਮਾਨ ਚਿੰਨ੍ਹ ਲੈ ਲੈਣ। ਸਰਦਾਰ ਹਰਦੀਪ ਸਿੰਘ ਜੀ ਸਰਪੰਚ ਸਾਹਿਬ ਮਿਸ਼ਰੀ ਵਾਲਾ ਉਹ ਵੀ ਆਪਣਾ ਸਨਮਾਨ ਚਿੰਨ੍ਹ ਲੈ ਲੈਣ। ਸਰਦਾਰ ਹਰਦੀਪ ਸਿੰਘ ਜੀ ਸਰਪੰਚ ਸਾਹਿਬ ਮਿਸ਼ਰੀ ਵਾਲਾ ਜਲਦੀ ਆ ਜਾ ਕਰੋ ਜੀ।
ਸਰਦਾਰ ਬਲਦੇਵ ਸਿੰਘ ਜੀ SHO ਸਾਹਿਬ, ਸਰਦਾਰ ਬਲਦੇਵ ਸਿੰਘ ਜੀ SHO ਸਾਹਿਬ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੇ ਮੇਲੇ ਨੂੰ ਚਾਰਚਨ ਲਾਏ ਨੇ, ਸਰਦਾਰ ਲਖਵਿੰਦਰ ਸਿੰਘ ਜੀ ਤੇ ਸਰਦਾਰ ਸੋਹਣ ਸਿੰਘ ਮਾਸਟਰ ਜੀ ਉਹ ਵੀ ਆਪਣਾ ਸਨਮਾਨ ਚ ਲੈ ਜਾਣ, ਸਰਦਾਰ ਜਗਮੇਲ ਸਿੰਘ ਜੀ ਸਰਪੰਚ ਸਾਹਿਬ ਪਿੰਡ ਮੋਰਾਂ ਵਾਲੀ ਹੈਪੀ ਮੋਰਾਂ ਵਾਲੀ ਉਹ ਵੀ ਆਪਣਾ ਸਨਮਾਨ ਚ ਲੈ ਜਾਣ। ਬਾਈ ਜੀ ਸਾਡੇ ਬਾਈ ਲਖਵੀਰ ਸਿੰਘ ਜੀ ਕਬੱਡੀ ਖਿਲਾੜੀ ਉਹ ਵੀ ਆਪਣਾ ਸਨਮਾਨ ਚ ਲੈ ਜਾਣ। ਲਾਈਟ ਤੋਂ ਪਾਸੇ ਹੋ ਜਾਓ ਮਾੜਾ ਬਾਈ, ਇੱਧਰ ਨੂੰ ਹੋ ਜਾਓ। ਨਾਗੀ ਟੁੱਡੀ ਕਿਆ ਬਾਤ ਹੈ, ਜਲਦੀ ਫੜਾ ਦਿਆ ਕਰੋ ਸਲਮਾਨ ਜੀ ਨੇ, ਇਧਰੋਂ ਹੈਲਪ ਕਰੀਓ। ਹੈਪੀ ਹੈਪੀ ਮੋਰਾਂ ਵਾਲੀ ਕਿਆ ਬਾਤ ਹੈ। ਸਤਨਾਮ ਸਿੰਘ ਜੀ ਫਰੀਦਕੋਟ ਬਹੁਤ ਹੀ ਇੰਸਪੈਕਟਡ ਮਾਨਸ ਸੀਗਾ, ਇੱਧਰ ਦੇਖੋ ਗੇਲੇ ਸੈਟੀ ਵਾਲਿਆ ਧਿਆਨ ਰੱਖ ਇੱਧਰ। ਭਾਈ ਮੰਦਰ ਸਿੰਘ ਬੀਲੇ ਵਾਲੀਆ, ਮੰਦਰ ਬੀਲੇ ਵਾਲੀਆ ਜਿਨ੍ਹਾਂ ਨੇ ਅੱਜ ਦੇ ਦਿਨ ਤੇ ਮਾਨ ਸੰਚਾਲਨ ਕੀਤਾ, ਸਾਰੀ ਸਟੇਜ ਨੂੰ ਸੰਭਾਲਿਆ ਸਾਰਾ ਦਿਨ। ਸਰਦਾਰ ਬਲਕਾਰ ਸਿੰਘ ਜੀ ਮੋਰਾਂ ਵਾਲੀ, ਹੈਲੋ ਸੰਗਤ ਸਾਹਿਬ, ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਭਿੰਨੇ ਸ਼ਾਹ ਤੇ ਬੀਬਾ ਜਸਪ੍ਰੀਤ ਜੀ ਨੂੰ ਕਿ ਉਹ ਮੰਚ ਤੇ ਆਉਣ, ਆਪਣਾ ਸਨਮਾਨ ਲੈ ਜਾਣ। ਭਿੰਨੇ ਸ਼ਾਹ ਜੀ ਤੇ ਮੈਡਮ ਜਸਪ੍ਰੀਤ ਜੀ ਆ ਜਾਓ। ਸ਼ਾਹ ਜੀ ਕੀ ਬਾਤ ਹੈ, ਸਰਦਾਰ ਜੀ ਨਾਲ ਬੋਲੀਆਂ ਦੇ ਜਗਵਾਲ ਸਿੰਘ ਜੀ ਆ ਜਾ, ਮਾਮਾ ਮੇਰਾ ਮਾਮਾ ਹੈ ਫੌਜੀ ਸਾਹਿਬ, ਹਾਂਜੀ ਮੇਰੇ ਸਤਿਕਾਰਯੋਗ ਮਾਮਾ ਜੀ। ਸੋ ਸਰਦਾਰ ਜਗਵਾਲ ਸਿੰਘ ਜੀ ਫੌਜੀ ਸਾਹਿਬ ਫਰੀਦਕੋਟ ਜੀ ਜੀ ਮਾਮਾ ਜੀ ਇੱਥੇ ਖੜੇ ਇੱਧਰ ਸੰਗਤ ਸਾਹਿਬ ਦੀ ਖੜੀ ਦਾ ਧਿਆਨ ਰੱਖੋ ਮਾੜਾ ਜਾ, ਫੌਜੀ ਸਾਹਿਬ ਮਾਮਾ ਇੱਧਰ ਨੂੰ ਵੀ ਖਿਆਲ ਰੱਖੋ ਮਾੜਾ, ਮੈਂ ਵੀ ਕਰਾਂਗਾ। ਸਰਦਾਰ ਸੁਖਚੈਨ ਸਿੰਘ ਜੀ ਸਰਪੰਚ ਸਾਹਿਬ ਜਿਨ੍ਹਾਂ ਨੇ ਬੜਾ ਵੱਠਿਕ ਸਰਪੰਚ ਸਾਹਿਬ ਸ਼ੇਰ ਸਿੰਘ ਜੀ ਮਾਨ ਸਾਹਿਬ ਇਹਨਾਂ ਨੂੰ ਸਨਮਾਨ ਚ ਦੇ ਰਹੇ, ਨਾਲ ਨਿਰਮਲ ਸਿੰਘ ਜੀ ਸੰਗਤ ਸਾਹਿਬ MC ਵੀ ਆਪਣਾ ਸਨਮਾਨ ਚ ਲੈ ਜਾਣ ਤੇ ਉਸ ਤੋਂ ਬਾਅਦ ਕੁਰਸੀਆਂ ਦੇ ਆਉਂਦਾ ਤੇ ਗੱਲ ਹੀ ਕੋਈ ਨੀ, ਪਿਛਲੇ ਪਾਸੇ ਜਿਹੜੇ ਪ੍ਰਬੰਧਕ ਹੈ ਇਹ ਪੂਰੇ ਪੰਜਾਬ ਦਾ ਮਾਣ ਹੈ, ਸੋ ਹਰ ਗੈਗ ਦੀ ਇਹ ਜਾਨ ਹੈ। SK ਸਾਊਂਡ ਮੋਗਾ, ਥੈਂਕ ਯੂ ਅੱਜ ਮੰਚ ਤੇ, ਕਿਉਂਕਿ ਸਮਾਂ ਘੱਟ ਹਨੇਰਾ ਹੁੰਦਾ ਜਾਂਦਾ ਤੇ ਸਰੋਤਿਆਂ ਵੱਲੋਂ ਕੁਝ ਫਰਮਾਇਸ਼ਾਂ ਵੀ ਨੇ ਉਹ ਵੀ ਤੁਹਾਡੇ ਲੋਕ ਹਾਜ਼ਰ ਕਰਨੀਆਂ। ਸਾਧੂ ਸਿੰਘ ਵੱਲੋਂ ਆਪਾਂ ਗੇਲਾ ਸਰੀ ਵਾਲਾ ਸਮੋਧੀ ਮਾਨ ਜੀ, ਪੰਜਾਬੀ ਬੋਲੀ ਮਾਂ ਬੋਲੀ ਦਾ ਸ਼ਿੰਗਾਰ ਹੈ, ਹਾਂਜੀ ਭਾਈ ਮੋਦੀ ਮਾਨ ਭਾਈ ਸਾਹਮਣੇ ਸੋ ਆਪਣਾ ਸਨਮਾਨ ਚੰਨ ਵੀਰੇ ਹਾਸਲ ਕਰ ਲਓ। SK ਸਾਊਂਡ ਸਰਵਿਸ ਜਿਨ੍ਹਾਂ ਦੀ ਬਦੌਲਤ ਆਪਾਂ ਅੱਜ ਸਾਰੀ ਕਲਾਕਾਰਾਂ ਨੂੰ ਸੁਣਿਆ, ਸੋ
ਪਹਿਲਾਂ ਨਾਲ ਗਿਆ
ਹਰ ਸਾਲ ਇਸੇ ਤਰੀਕ ਨੂੰ ਕਰਵਾ ਦਿਆ ਕਰੀਏ। ਲਓ ਜੀ, ਇਹ ਮੇਲਾ ਇਸੇ ਤਰੀਕ ਨੂੰ ਪੱਕਾ ਹੋ ਗਿਆ। ਤਰੀਕਾਂ ਲਿਖ ਲਓ, ਨੋਟ ਕਰ ਲਓ। ਹਰ ਵਾਰੀ ਪੰਡਾ ਬੰਨ ਬੰਨ ਕੇ ਕਲਾਕਾਰ ਆਪਣੇ ਤੇ ਲੈ ਕੇ ਆ ਕਰਦੇ ਆ। ਤਾੜੀ ਮਾਰ ਦਿਓ ਸਾਰੇ। ਹਾਂਜੀ, ਇੱਕ ਸਭ ਤੋਂ ਵੱਡਾ ਸਹਿਯੋਗ ਹੈ ਜਿਹੜਾ ਉਹ ਬਲਦੇਵ ਸਿੰਘ ਇੱਥੇ ਸਾਡੇ ਸਕੂਲ ਦੇ ਵਿੱਚ ਜਿਹੜੇ ਦੇਖ ਰੇਖ ਕਰਦੇ ਨੇ ਉਹ ਰਹਿ ਗਿਆ। ਸੋ ਇਹਨਾਂ ਲਈ ਤਾੜੀਆਂ ਮਾਰ ਦਿਓ, ਬੜੀ ਸੇਵਾ ਨਿਭਾਓ ਗਏ। ਦੋ ਬੋਲੀਆਂ ਮੋਦੀ ਤੋਂ ਫਿਰ ਮੈਂ ਗੀਤ ਚਲਾ ਦੂੰਗਾ, ਫਿਰ ਦੱਸ ਦਊਂਗਾ। ਜੋ ਖੁਦ ਨੂੰ ਵੀ ਬਾਲਕ ਪਾਉਂਦਾ ਸੀ, ਖੜਕਾ ਦਰਕਾ ਥੋੜਾ ਜਿਹਾ ਘੱਟ ਹੀ ਰੱਖਿਓ ਬਾਈ, ਹੈ ਨਾ। ਸਾਰੇ ਪਿੰਡ ਤੋਂ ਜੋ ਖੁਦ ਨੂੰ ਵੀ ਬਾਲਕ ਵਾਉਂਦਾ ਸੀ, ਬਈ ਜਣੇ ਖਣੇ ਨੂੰ ਬਾਈ ਜੀ ਕਹਿ ਫਤਿਹ ਬੁਲਾਉਂਦਾ ਸੀ। ਬਿੱਲੀ ਅੱਖ ਨੇ ਰੱਖਦਾ ਰਗੜ ਕੇ ਵੱਡਿਆਂ ਘਰਾਂ ਦਾ ਕੱਟਾ। ਇੰਟਰਨੈਟ ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਇਸ ਮੇਲਾ ਕਰਾਉਣ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਗੁਸਤਾਖੀਆਂ ਹੋ ਗਈਆਂ ਹੋਣਗੀਆਂ, ਮਾਫ ਕਰਨਾ ਜੀ। ਸਾਰਿਆਂ ਨੂੰ ਸਲਾਮ ਕਹਿੰਦੇ ਆ। ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਰਣੀਆਂ, ਰਣੀਏ ਦਾ ਇੱਕ ਸਾਧ ਸੁਣੀ ਦਾ ਰੋਜ਼ ਭਾਲਦਾ ਕਣੀਆਂ। ਮਾਘ ਮਹੀਨਾ ਠੰਡ ਕਹਿਰ ਦੀ, ਮਾਘ ਮਹੀਨਾ ਠੰਡ ਕਹਿਰ ਦੀ, ਜਾਣ ਨਹੀਂ ਕਣੀਆਂ ਵੀ ਅਮਲੀ ਮੱਚ ਲਿਆ, ਮਿੱਤਰੋ ਜਾਣਦੇ ਬਣੀਆਂ ਵੀ ਅਮਲੀ ਮੱਚ ਲਿਆ।
ਕੁੜੀ ਦੀ ਚੱਲਦੀ ਸੀ ਸਰਦਾਰੀ, ਕਿਹੜਾ ਜਾਦੂ ਕੀਤਾ ਕੁੜੀਏ ਮਤ ਗੱਭਰੂ ਦੀ ਮਾਰੀ। ਮੇਰੇ ਹਿਸਾਬ ਨਾਲ ਮੈਂ ਵੀ ਨੀ ਕਾਲਜ ਗਿਆ, ਕਿੰਨੇ ਕੁ ਜਾਣੇ ਕਾਲਜ ਗਏ ਤੁਹਾਡੇ ਚੋਂ? ਚਲੋ ਕੋਈ ਗੱਲ ਨੀ, ਫੇਲ ਕਰਾ ਦੇਈ ਨਾ ਤੂੰ ਬਾਪੂ ਦਾ ਪਟਵਾਰੀ, ਨੀ ਫੇਲ ਕਰਾ ਦੇਈ ਨਾ ਬਾਪੂ ਦਾ ਪਟਵਾਰੀ, ਫੇਲ ਕਰਾ ਦੇਈ ਨਾ ਬਾਪੂ ਦਾ ਪਟਵਾਰੀ, ਨੀ ਫੇਲ ਕਰਾ ਦੇਈ ਨਾ। ਪਹਿਲੀ ਵਾਰੀ ਜਦ ਗਈ ਮੈਂ ਮੇਲੇ ਗਈ ਸੀ ਕਲਮ ਕੱਲੀ, ਦੂਜੀ ਵਾਰੀ ਮਾਹੀ ਮੈਨੂੰ ਲੈ ਗਿਆ ਮੱਲੋ ਮੱਲੀ। ਪਹਿਲੀ ਵਾਰੀ ਜਦ ਗਈ ਮੈਂ ਮੇਲੇ ਗਈ ਸੀ ਕਲਮ ਕੱਲੀ, ਦੂਜੀ ਵਾਰੀ ਮਾਹੀ ਮੈਨੂੰ ਲੈ ਗਿਆ ਮੱਲੋ ਮੱਲੀ, ਤੀਜੀ ਵਾਰੀ ਮੈਂ ਤੇ ਮਾਹੀ, ਤੀਜੀ ਵਾਰੀ ਮੈਂ ਤੇ ਮਾਹੀ ਨਾਲੇ ਲੱਲੀ ਚੱਲੀ। ਮੈਂ ਦੁੱਧ ਦਾ ਗਿਲਾਸ ਮੰਗਿਆ, ਮੈਂ ਦੁੱਧ ਦਾ ਗਿਲਾਸ ਮੰਗਿਆ, ਹੁਣ ਕੰਗਣੀ ਬਰੋਬਰ ਕਰਤਾ ਬਈ ਹੱਸਦੀ ਨੇ ਦਿਲ ਮੰਗਿਆ, ਬਈ ਹੱਸਦੀ ਨੇ ਦਿਲ ਮੰਗਿਆ, ਅਸੀਂ ਝੱਟ ਕੇ ਦਲ ਹੀ ਤੇ ਤਰਤਾ। ਮੁੱਲ ਦਾ ਪਿਆਰ ਤੇ ਕਬੂਤਰਾਂ ਦਾ ਸ਼ੌਕ ਯਾਰੋ, ਵੱਡੇ ਵੱਡੇ ਬੰਦਿਆਂ ਨੂੰ ਲੰਘ ਕਰ ਜਾਂਦੇ ਨੇ, ਸਿਆਲ ਦੇ ਮਹੀਨੇ ਖਾਧੀ ਮੂੰਗਫਲੀ ਤੇ ਦੇਸੀ ਘਿਓ, ਮੇਰੇ ਜਿਹੇ ਬੰਦਿਆਂ ਨੂੰ ਖੰਘ ਕਰ ਜਾਂਦੇ ਨੇ, ਆਸ਼ਕਾਂ ਨੇ ਆਸ਼ਕੀ ਤਾਂ ਕਰਦੇ ਹੀ ਰਹਿਣਾ, ਇੱਥੇ ਆਸ਼ਕਾਂ ਨੂੰ ਰੋਕੂ ਦੱਸੋ ਕੌਣ ਬਈ, ਇਸ਼ਕ ਨਿਭਾਉਂਦੇ ਕਈ ਤੜਕੇ ਨੇ ਕੱਚਿਆਂ ਤੇ ਕਈਆਂ ਨੇ ਵਢਾ ਲਈ ਇੱਥੇ ਧੌਣ ਬਈ। ਚਾਨਣੀ ਜੀ ਰਾਤ ਵਿੱਚ ਚੰਨੋ ਨੂੰ ਮਿਲਣ ਜਾਂਦੇ, ਚਾਨਣੀ ਜੀ ਰਾਤ ਵਿੱਚ ਚੰਨੋ ਨੂੰ ਮਿਲਣ ਜਾਂਦੇ, ਤੜਕੇ ਨੂੰ ਪਿੰਡ ਵਿੱਚ ਚੰਦ ਚੜ ਜਾਂਦੇ ਨੇ, ਮੁੱਲ ਦਾ ਪਿਆਰ ਤੇ ਕਬੂਤਰਾਂ ਦਾ ਸ਼ੌਕ ਯਾਰੋ, ਵੱਡੇ ਵੱਡੇ ਬੰਦਿਆਂ ਨੂੰ ਨੰਗ ਕਰ ਜਾਂਦੇ ਨੇ, ਵੱਡੇ ਵੱਡੇ ਬੰਦਿਆਂ ਨੂੰ ਨੰਗ ਕਰ ਜਾਂਦੇ ਨੇ। ਲਾਟ ਤੇ ਪਤੰਗਾ ਭਾਵੇਂ ਸੜੇ ਨਾ ਸੜੇ, ਆਸ਼ਕਾਂ ਤੇ ਜੱਗ ਤਾਂ ਜ਼ਰੂਰ ਸੜਦਾ, ਅੰਬਰਾਂ ਤੇ ਚੰਨ ਭਾਵੇਂ ਚੜੇ ਨਾ ਚੜੇ।
ਮਿੱਤਰਾਂ ਦਾ ਚੰਨ ਕੋਠੇ ਨੀਚੇ ਚੜਦਾ ਲਾਟ ਦੇ ਪਤੰਗਾ ਭਾਵੇਂ ਸਾਰੇ
ਬਾਬਾ ਜੀ ਸਤਿ ਜੀ ਕਹਿੰਦਾ ਮੇਰੇ ਲਈ ਜਦ ਕਿ ਆਪਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਗੋਬਿੰਦ ਕੇ ਜੀ ਪੰਚਾ ਆਇਆ ਮੈਂ ਲੱਖ ਵਾਰ ਬਾਬਾ ਜੀ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਦਾ ਔਰ ਉਹਨਾਂ ਦੀ ਬਰਸੀ ਮਨਾ ਰਹੀ ਜੁੜ ਕੱਠੀ ਸਭ ਸੰਗਤ ਦੇ ਚਰਨਾਂ ਦੇ ਵਿੱਚ ਲੱਖ ਵਾਰ ਪ੍ਰਣਾਮ ਕਰਦਾ। ਸੁਦਾਸ ਨੇ ਪਿਛਲੀ ਵਾਰੀ ਇਸੇ ਸਟੇਜ 'ਤੇ ਖੜ੍ਹ ਕੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਹਰ ਸਾਲ ਬਾਬਾ ਜੀ ਦੇ ਮੇਲੇ 'ਤੇ ਸੱਭਿਆਚਾਰਕ ਮੇਲਾ ਕਰਵਾਇਆ ਕਰਾਂਗੇ। ਸੋ ਸਮੂਹ ਲੰਗਰ ਦੇ ਸਹਿਯੋਗ ਨਾਲ ਸੰਗਤ ਸਾਹਿਬ ਹੋਣੀ ਸੁਖਚੈਨ ਸਿੰਘ ਬਰਾੜ ਸਾਹਿਬ ਹੋਣੀ ਸਾਰਿਆਂ ਨੇ ਰਲ ਕੇ ਪਹਿਲੇ ਬੱਚੇ ਬੱਚੇ ਦੇ ਸਹਿਯੋਗ ਦੇ ਨਾਲ ਸੱਭਿਆਚਾਰਕ ਮੇਲਾ ਕਰਵਾਇਆ ਔਰ ਇੱਕ ਵਾਅਦਾ ਹੋਰ ਵੀ ਕੀਤਾ ਸੀ ਕਿ ਇਸ ਮੇਲੇ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਟਰਨੈਟ ਦੇ ਰਾਹੀਂ ਅਸੀਂ ਦਿਖਾਵਾਂਗੇ। ਸੋ ਉਹ ਵੀ ਅੱਜ ਚੱਲ ਰਿਹਾ ਹੈ। ਇਸ ਟਾਈਮ ਉਹਦੇ ਘੰਟਾ ਕੁ ਪਹਿਲਾਂ ਫੋਨ ਆਇਆ ਸੀ ਬਾਹਰੋਂ 35 to 40 ਫੈਮਲੀਆਂ ਪਰਿਵਾਰ ਇਹ ਮੇਲੇ ਦਾ ਆਨੰਦ ਮਾਣ ਰਹੇ ਦੇਖ ਰਹੇ ਉੱਥੇ ਬੈਠੇ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਕਰਵਾਇਆ ਅਤੇ ਉਹਦੀ ਵਾਰੀ ਇਸ ਤੋਂ ਵੀ ਵੱਡੇ ਪੱਧਰ 'ਤੇ ਆਪਾਂ ਮੇਲਾ ਕਰਵਾਵਾਂਗੇ। ਸੋ ਸੰਗਤ ਸਾਹਿਬ ਹੋ ਰਹੇ ਨੇ, ਨਿਰਮਲ ਸਿੰਘ ਹੋ ਰਹੇ ਨੇ ਔਰ ਆਪਣੇ ਸਰਪੰਚ ਸਾਹਿਬ ਹੋ ਰਹੇ ਨੇ। ਅਸੀਂ ਇਹ ਉਲੀਕਿਆ ਆਉਂਦੀ ਵਾਰ ਨੂੰ ਅਸੀਂ ਸੱਭਿਆਚਾਰਕ ਮੇਲੇ ਦੇ ਨਾਲ ਗਰੀਬ ਲੜਕੀਆਂ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਇਆ ਕਰਾਂਗੇ ਇੱਥੇ ਅਸੀਂ ਔਰ ਇੱਕ ਵਾਰੀ ਜਕਾਰਾ ਲਾ ਦਿਓ। ਸੋ ਇੱਕ ਵਾਰੀ ਛੋਟੀ ਜਿਹੀ ਬੇਨਤੀ ਹੋਰ ਵੀ ਹੈ, ਕੋਈ ਵੀ ਵੀਰ ਮੇਰੀ ਗੱਲ ਦਾ ਗੁੱਸਾ ਨਾ ਕਰੇ। ਸੋ ਬਾਹਰ ਜਿੰਨੀ ਵੀ ਸੰਗਤ ਇਹ ਮੇਲਾ ਦੇਖ ਰਹੀ ਹੈ
ਇੱਕ ਉਹਨਾਂ ਨੇ ਮੈਨੂੰ ਜਿੱਦਾਂ ਝਿੜਕ ਕਹਿ ਲਓ ਉਹ ਦਿੱਤੀ ਹੈ। ਔਰ ਮੈਂ ਸਾਰਾ ਅੱਗੇ ਬੇਨਤੀ ਕਰਦਾ ਉਹਨਾਂ ਦੇ ਕਹਿਣ 'ਤੇ ਕਿ ਇਹ ਜਿਹੜੀ ਸਟੇਜ ਹੈ ਇਹ ਇੱਕ ਧਾਰਮਿਕ ਸਟੇਜ ਹੈ। ਸੋ ਉਹਨਾਂ ਨੇ ਅੱਗੇ ਬੇਨਤੀ ਕੀਤੀ ਆ, ਉਹਨਾਂ ਨੇ ਮੈਨੂੰ ਝਿੜਕਿਆ ਵੀ ਕਹਿੰਦੇ ਜਦੋਂ ਰਾਜਨੀਤਿਕ ਬੰਦੇ ਇੱਥੇ ਬੋਲਦੇ ਸਟੇਜ 'ਤੇ ਆ ਕੇ ਤਾਂ ਕੈਮਰੇ ਬੰਦ ਕਰਵਾ ਦਿਓ, ਮੈਨੂੰ ਇਹ ਗੱਲ ਕਹੀ ਸੁਣਾ। ਸੋ ਮੈਂ ਉਹਨਾਂ ਤੋਂ ਮਾਫ਼ੀ ਮੰਗੀ ਅਤੇ ਆਉਂਦੀ ਵਾਰ ਨੂੰ ਅਸੀਂ ਬਾਬਾ ਜੀ ਨੂੰ ਬੇਨਤੀ ਕਰਾਂਗੇ ਕਿ ਇਹ ਸਟੇਜ ਨੂੰ ਇੱਕ ਧਾਰਮਿਕ ਸਟੇਜ ਹੀ ਰਹਿਣ ਦਿੱਤਾ ਜਾਵੇ, ਤਾਂ ਕਿ ਕੋਈ ਰਾਜਨੀਤਿਕ ਤੱਥ ਬਣਾਇਆ ਜਾਵੇ, ਕਿਉਂਕਿ ਆਪਾਂ ਇਸ ਮੇਲੇ ਤੋਂ ਪਹਿਲਾਂ ਬਾਹਰ ਸਮਾਗਮ ਕਰਾ ਸਕਦੇ ਹਾਂ। ਸੋ ਰਾਜਨੀਤਿਕ ਪਾਰਟੀਆਂ ਆਪਾਂ ਬਥੇਰੀਆਂ ਬੁਲਾ ਲਈਆਂ ਸੀਗੀਆਂ। ਸੋ ਕੋਈ ਵੀ ਵੀਰ ਮੇਰੀ ਗੱਲ ਦਾ ਗੁੱਸਾ ਨਾ ਕਰੇ। ਸੋ ਇਹ ਮੈਨੂੰ ਜਿੱਦਾਂ ਕਹਿ ਲਓ ਮੇਰੀ ਬੇਨਤੀ ਹੈ ਬਾਹਰਲੀਆਂ ਸੰਗਤਾਂ ਵੱਲੋਂ, ਕਿਉਂਕਿ ਉਹਨਾਂ ਨੇ ਵਿਸ਼ਵਾਸ ਕਰਵਾਇਆ ਮੈਨੂੰ ਕਿ ਆਉਂਦੀ ਵਾਰ ਨੂੰ ਚਾਹੇ ਸਾਡੇ ਕੋਲ ਤੁਸੀਂ 50 ਲੱਖ ਰੁਪਈਆ ਲੈ ਲਓ ਭੈਣ ਜੀ, ਪਰ ਇੱਦਾਂ ਦਾ ਕੁਛ ਤੇ ਨਾ ਕਰਾਓ ਮਿਹਨਤ। ਸੋ ਜ਼ਿਆਦਾ ਕੁਝ ਨਾ ਬੋਲਦਾ ਹੋਇਆ ਜੇ ਕੋਈ ਗੁਸਤਾਖੀ ਹੋ ਗਈ ਤਾਂ ਮਾਫ਼ੀ ਚਾਹੁੰਦਾ। ਸੋ ਚੰਦ ਲੈਣਾ ਉਸ ਪੀਰ ਦੇ ਉਸ ਸਾਡੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਕਹਿਣ ਜਾ ਰਿਹਾ, ਜੋ ਵੀ ਤਾਂ ਤੁਸੀਂ ਧਿਆਨ ਦਿਓ। ਜਦੋਂ ਤੇਰੇ ਨਾਲ ਲਾਈ ਕੱਲ ਤੋਂ ਹੋਰ ਡਰ ਜਾਣਾ, ਜਦੋਂ ਤੇਰੇ ਨਾਲ ਲਾਈ ਕੱਲ ਤੋਂ ਹੋਰ ਡਰ ਜਾਣਾ, ਜੇ ਮੈਂ ਕਰਾਂ ਨਾ ਗੁਨਾ ਕਿਹਨੂੰ ਦੇਵੇਂ ਤੂੰ ਸਜਾਵਾਂ, ਇਸ ਗੱਲ ਦੀ ਤੌਫੀਕ ਤੇ ਕਮੀਜ਼ ਮੈਨੂੰ ਰੱਖੀ, ਇਸ ਗੱਲ ਦੀ ਤਮੀਜ਼ ਤੇ ਤੌਫੀਕ ਰੱਬ ਦੇਵੇ। ਸੋ ਮੈਂ ਇੱਕ ਵਾਰੀ ਬੇਨਤੀ ਕਰੂੰਗਾ ਕਿ ਬਾਬਾ ਜੀ ਦਾ ਜੈਕਾਰਾ ਲਾਉਣਾ ਪਹਿਲਾਂ ਜ਼ਰੂਰੀ ਸਮਝਦਾ, ਮੈਂ ਮਾਫ਼ੀ ਚਾਹੁੰਦਾ ਬਾਬਾ ਜੀ ਤੋਂ। ਜੈਕਾਰਾ ਬਾਬੇ ਮਾਨਦਾਸ ਜੀ ਦਾ ਬੋਲ ਸੱਚੇ ਦਰਬਾਰ ਕੀ, ਜੈਕਾਰਾ ਬਾਬੇ ਈਸ਼ਵਰ ਜੀ ਦਾ ਬੋਲ ਸੱਚੇ ਦਰਬਾਰ ਕੀ, ਇਸ ਗੱਲ ਦੀ ਤਮੀਜ਼ ਤੇ ਤੌਫੀਕ ਰੱਬ ਦੇਵੇ, ਕਦੇ ਕੰਮ ਤੋਂ ਬਗੈਰ ਵੀ ਮਿਲਣ ਤੈਨੂੰ ਆਵਾਂ, ਤੂੰ ਉਹ ਦਿੱਤੀ ਮਸ਼ਹੂਰੀ ਔਕਾਤ ਵਿੱਚ ਰੱਖੀ, ਇੰਨਾ ਉੱਚਾ ਨਾ ਲਜਾਵੀ ਕੇ ਜ਼ਮੀਨ ਭੁੱਲ ਜਾਣਾ, ਨਾ ਉਹਦੇ ਵਰਗੀ ਢੋਰ ਕਿਤੇ ਨਾ ਉਹਦੇ ਵਰਗਾ ਹੋਰ ਕਿਤੇ, ਕੀ ਮਾਰ
ਸੋ ਜਿਹੜੇ ਤੋਂ ਬਾਅਦ ਬਹੁਤ ਕਲਾਕਾਰ ਇੱਥੇ ਬੈਠੇ ਨੇ ਹਾਜ਼ਰੀ ਨੂੰ ਉਹਨੂੰ ਸੈਨਿਕ ਹਾਜ਼ਰੀ ਪ੍ਰਵਾਨ ਕਰਨਾ ਬਾਬਾ ਜੀ ਦੇ ਹੁਕਮ ਮੁਤਾਬਕ ਫਿਰ ਇੱਕ ਵਾਰੀ ਫਿਰ ਜਕਾਰਾ ਲਾ ਦਿਓ ਜਕਾਰਾ ਬਾਬੇ ਮਾਨਦਾਸ ਜੀ ਦਾ ਜਕਾਰਾ ਬਾਬੇ ਈਸਰ ਗਿਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਵਤਾਰ ਸਿੰਘ ਜੀ ਦੇ ਚਰਨਾਂ ਦੀ ਬੇਨਤੀ ਅੱਗੇ ਆਓ ਸਿਰਫ 2 ਮਿੰਟ ਦੀ ਹਾਜ਼ਰੀ ਮੇਰੇ ਵਿੱਚ ਸਿਰਫ 2 ਮਿੰਟ ਦੀ ਹਾਜ਼ਰੀ ਸੇਵਾ ਛੱਡਿਆ ਨਾ ਸੇਵਾ ਭਾਗਾਂ ਨਾਲ ਮਿਲਦੀ ਹੈ ਪੈਸੇ ਦੇ ਬੰਦੇ ਰੋਜ਼ ਹੀ ਕਮਾ ਲੈਂਦੇ ਨੇ ਜਿਹੜੀ ਬਖਸ਼ਿਸ਼ ਹੈ ਉਹ ਸੇਵਾ ਕਰਕੇ ਮਿਲਦੀ ਹੈ ਮੈਂ ਜਿਹੜੇ ਵੀ ਵੀਰ ਉਸ ਮਾਲਕ ਨੂੰ ਸਟੇਜ 'ਤੇ ਆ ਜਾਣ ਅੱਗੇ ਮੈਂ ਬੇਨਤੀ ਕਰੂੰ ਫਤਲ ਉੱਤੇ ਦੇਖੋ ਮੇਰਾ ਦਿਲ ਹਿਲਦਾ ਨਿਆਣਿਆਂ ਨੂੰ ਮੈਂ ਲੈ ਕੇ ਜਾਣਾ ਨਾਲ ਅਸੀਂ ਕੀ ਕਰੂੰ